ਹਦਾਇਤਾਂ ਤੋਂ ਬਾਅਦ ਵੀ ਵਿਆਹ ਸਮਾਗਮਾਂ 'ਚ ਗੋਲੀ ਚਲਾਉਣੀਆਂ ਲਗਾਤਾਰ ਜਾਰੀ ਨੇ ਅਤੇ ਖੁਸ਼ੀ 'ਚ ਫਾਇਰਿੰਗ ਕੀਤੀ ਜਾਂਦੀ ਹੈ। ਅਜਿਹੀ ਘਟਨਾ ਅੰਮ੍ਰਿਤਸਰ ਦੇ ਪਿੰਡ ਬੋਪਾਰਾ 'ਚ ਵਾਪਰੀ, ਜਿੱਥੇ ਵਿਆਹ ਸਮਾਗਮ ਦੇ ਦੌਰਾਨ ਲਾੜੇ ਦੇ ਦੋਸਤਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਕਾਰਨ 11 ਸਾਲਾ ਬੱਚਾ ਜ਼ਖਮੀ ਹੋ ਗਿਆ, ਜਿਸ ਨੂੰ ਕਿ ਨਜ਼ਦੀਕੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਦੱਸਦੇ ਕਿ ਜਦੋਂ ਜਾਗੋ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਸਾਰੇ ਨੱਚ ਰਹੇ ਸਨ। ਇਸ ਦੌਰਾਨ ਲਾੜੇ ਦੇ ਦੋਸਤਾਂ ਵੱਲੋਂ ਜਾਗੋ 'ਚ ਸ਼ਾਮਿਲ ਹੋਏ ਅਤੇ ਦੋਸਤਾਂ ਵੱਲੋਂ 12 ਬੋਰ ਦੇ ਰਾਈਫਲ ਨਾਲ ਫਾਇਰ ਕੀਤੇ ਗਏ ਤਾਂ ਅਚਾਨਕ ਗੋਲੀ ਬੱਚੇ ਦੀ ਲੱਤ 'ਚ ਜਾ ਲੱਗੀ। ਇਸ ਘਟਨਾ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ 'ਚ ਰੰਗ 'ਚ ਭੰਗ ਪੈ ਗਿਆ। ਉਹ ਵਿਆਹ ਸੀ ਅਤੇ ਇਹ ਹੁਣ ਸ਼ਰਾਬ ਪੀਤੀ ਸੀ ਅਤੇ ਉਹ ਹੁਣ ਤੋਂ ਗੋਲੀ ਚਲਾਈ ਅਤੇ ਸੰਭਾਲੀ ਨਹੀਂ ਗਈ, ਉਹਨਾਂ ਬੰਦੂਕ ਥਾਂ ਕਰਤੀ ਅਤੇ ਮੇਰੇ ਵੱਜ ਗਈ। ਉੱਥੇ ਨੱਚਣ ਦੇ ਸੀ ਵਿਆਹ 'ਤੇ, ਹਾਂ ਅੱਧੀਆਂ ਦੋ ਟਾਂਗ ਚਲਾਈਆਂ ਅਤੇ ਤੀਜੀ ਮੇਰੇ ਵੱਜ ਗਈ। ਮੈਂ ਵੇਖਣ ਗਿਆ ਹਾਂ ਕਿਹਨਾਂ ਦਾ ਵਿਆਹ ਹੈ, ਉਹਨਾਂ ਦੇ ਭਾਅ ਜੀ ਜਾ ਰਹੇ ਰੋਕਥਾਮ ਲਾਏ ਜਾਵੇ। ਅੱਜ ਮੇਰੇ ਬੱਚੇ ਛੋਟੇ ਨੰਨੇ ਜੇ ਨੇ, ਕਿਸੇ ਦੀ ਜਾਨ ਨਹੀਂ ਜਾ ਸਕਦੀ। ਭਾਜੀ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਉਹਨਾਂ ਨੇ ਸਹੀ ਮੌਕੇ ਤੇ ਬਿਆਨ ਦਿੱਤੇ ਬੱਚੇ ਦੇ। ਭਾਜੀ ਮੈਨੂੰ ਲੈਂਦਾ ਸੀ, ਬਾਅਦ ਵਿੱਚ ਪੁਲਿਸ ਆਈ, ਭਾਜੀ ਬੱਚਾ ਨਹੀਂ ਉਦੋਂ ਉੱਥੇ ਉਹਦੇ ਨੂੰ ਲੈਂਦਾ ਸੀ। ਭਾਜੀ ਲੋਕਾਂ ਨੇ ਚੁੱਕ ਚੱਕ ਕੇ ਉਲੇੜ ਕੇ, ਭਾਜੀ ਉਹਨਾਂ ਵਿੱਚ ਕੋਈ ਨਹੀਂ ਆਇਆ। ਬਸ ਪਿੰਡ ਵਾਲਿਆਂ ਨੇ ਚੁੱਕ ਚੱਕ ਕੇ ਉਹ ਆਪੋ ਆਪਣਾ ਸੰਭਾਲਣ ਲੱਗ ਗਏ, ਦੌੜ ਭੱਜ ਗਏ। ਜਿਹੜੇ ਜਿਹਨਾਂ ਗੋਲੀ ਚਲਾਈ ਉਹ ਰਿਸ਼ਤੇਦਾਰ ਹੈ ਜਾਂ ਉਹ ਪਰਿਵਾਰ ਦੇ ਮੈਂਬਰ ਸੀ? ਉਹਦੀ ਭਾਜੀ ਉਹਨਾਂ ਦਾ ਜਵਾਈ ਸੀ, ਉਹਨਾਂ ਦੇ ਘਰ ਦੇ ਸੀ। ਗੋਲੀ ਚਲਾਈ ਭੱਜ ਗਏ ਮੌਕੇ ਤੋਂ? ਮੈਂ ਹਾਂਜੀ ਭੱਜ ਭੱਜ ਮੌਕੇ ਤੇ ਦੌੜ ਗਏ, ਪਤਾ ਨੀ ਲੱਗਾ ਕਿੱਧਰ ਦੇ ਕਿੱਧਰ ਚਲ ਗਏ, ਕਿੱਧਰ ਦੇ ਕਿੱਧਰ। ਸਾਨੂੰ ਆਪਣਾ ਭਾਜੀ ਇਹਦਾ ਇਲਾਜ, ਬੱਚੇ ਦਾ ਪਹਿਲੀ ਗੱਲ ਬਹੁਤ ਜ਼ਰੂਰੀ ਆ। 5 ਦਿਨ ਤੱਕ ਮੇਰਾ ਬੱਚਾ ਨਹੀਂ ਨਾ ਚੱਲਦਾ ਫਿਰਦਾ, ਉਦੋਂ ਤੱਕ ਮੇਰਾ ਨਹੀਂ ਪਹੁੰਚਣਾ। ਪਦਰੀ ਸਮਾਕੇ ਪੁਲਿਸ ਨੇ ਕਿਹਾ ਕਿ ਹਾਲੇ ਤੱਕ ਸਾਡੇ ਕੋਲ ਮਾਮਲਾ ਨਹੀਂ ਆਇਆ ਅਤੇ ਕਿਸੇ ਨੇ ਵੀ ਬਿਆਨ ਦਰਜ ਨਹੀਂ ਕਰਵਾਏ। ਜਦੋਂ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਦਿੰਦਾ ਉਦੋਂ ਤੱਕ ਅਸੀਂ ਕਾਰਵਾਈ ਨਹੀਂ ਕਰ ਸਕਦੇ। ਜੇਕਰ ਕਿਸੇ ਨੇ ਸ਼ਿਕਾਇਤ ਦਿੱਤੀ ਤਾਂ ਅਸੀਂ ਕਾਰਵਾਈ ਜ਼ਰੂਰ ਕਰਾਂਗੇ। ਮਾਮਲਾ ਇਸ ਤਰ੍ਹਾਂ ਹੀ ਜੀ, ਪਿੰਡ ਆਪਣੇ ਬੋਪਾਰਾਏ ਕਲਾਂ ਦੇ ਵਿੱਚ ਕੋਈ ਫੰਕਸ਼ਨ ਸੀ ਵਿਆਹ ਦਾ, ਜਸਵਿੰਦਰ ਸਿੰਘ ਸਨ ਉਹ ਸਰੂਪ ਸਿੰਘ ਦੇ ਘਰ। ਪਤਾ ਲੱਗਾ ਕਿ ਰਾਤ ਨੂੰ ਕੋਈ ਜਾਗੋ ਦੇ ਜਦੋਂ ਕੱਢਦੇ ਆ ਉਦੋਂ ਉੱਥੇ ਕੋਈ ਕਿਸੇ ਨੇ ਫਾਇਰ ਕੀਤਾ, ਹਵਾਈ ਫਾਇਰ ਕਰਨ ਲੱਗਿਆਂ ਕੋਈ ਜਦੋਂ ਲੋਡ ਕਰ ਰਹੇ ਸੀ ਉਹਦੀ ਜਿਹੜੀ ਆ 12 ਬੋਰ ਰਾਈਫਲ ਸੀ ਉਹਦੇ ਕੋਲੋਂ, ਅਤੇ ਗੋਲੀ ਅਚਾਨਕ ਜਿਹੜੀ ਚੱਲ ਗਈ ਉਹ ਇੱਕ ਬੱਚੇ ਨੂੰ ਲੱਗੀ ਉੱਥੇ ਲਾਗੇ, ਉਹ ਭੰਗੜਾ ਵੇਖ ਰਿਹਾ ਸੀਗਾ।
ਅਤੇ ਇੱਕ ਹੋਰ ਵੀ ਆਦਮੀ ਲੱਗੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਲੱਗਾ ਅਜੇ। ਮੌਕੇ 'ਤੇ ਵੀ ਗਏ ਸੀ ਬਲਕਿ ਬਾਅਦ ਵਿੱਚ ਹੋਸਪਿਟਲ ਅਰੋੜਾ ਹਸਪਤਾਲ ਗਏ ਸੀ, ਪਰ ਉਹਨਾਂ ਨੇ ਕੋਈ ਸਾਨੂੰ ਕੰਪਲੇਂਟ ਨਹੀਂ ਕੀਤੀ। ਬੱਚੇ ਦਾ ਨਾਮ ਜਿਹੜਾ ਹੈਗਾ ਉਹ ਬੱਚਾ ਆ, 14 ਕੁ ਸਾਲ ਦਾ ਉਮਰ ਆ, ਅਤੇ ਸਤਨਾਮ ਸਿੰਘ ਉਹਦਾ ਨਾਂ ਸੀਗਾ, ਅਤੇ ਉਹਦੇ ਪੇਰੈਂਟਸ ਮਿਲੇ ਸੀ, ਪਰ ਉਹਨਾਂ ਨੇ ਸਾਨੂੰ ਕੋਈ ਵੀ ਮਤਲਬ ਕੋਈ ਬਿਆਨ ਨਹੀਂ ਦਿੱਤਾ। ਉਹਨਾਂ ਦਾ ਕਹਿਣਾ ਕਿ ਅਚਾਨਕ ਕੁਦਰਤੀ ਮਤਲਬ ਇਹ ਹੋਇਆ ਹੈ ਕਿ ਅਸੀਂ ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਾਉਣੀ। ਜਦੋਂ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਜਾਂ ਕੋਈ ਆਪਣਾ ਲਿਖਤੀ ਦਰਖਾਸਤ ਦੇਣਗੇ ਜਾਂ ਬਿਆਨ ਦੇਣਗੇ ਤਾਂ ਆਪਾਂ ਜਿਹੜੀ ਆ ਉਹ ਕਾਨੂੰਨ ਦੇ ਅਨੁਸਾਰ ਜਿਹਨੇ ਗੋਲੀ ਚਲਾਈ ਹੈ ਜਾਂ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਰਕਾਰ ਦੀਆਂ ਇੰਨੀਆਂ ਹਦਾਇਤਾਂ ਤੋਂ ਬਾਅਦ ਵੀ ਇਹ ਦੌਰ ਜਾਰੀ ਹੈ। ਆਖਿਰ ਕਦੋਂ ਲੋਕਾਂ ਨੂੰ ਸਮਝ ਆਵੇਗੀ ਅਤੇ ਕਦੋਂ ਮਾਸੂਮਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋਣ ਤੋਂ ਬਚੇਗਾ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਅੰਮ੍ਰਿਤਸਰ ਤੋਂ ਸ਼ਮਸ਼ੇਰ ਸਿੰਘ ਦੀ ਰਿਪੋਰਟ, ਪੰਜਾਬ ਨਿਊਜ਼।